ਉਹਨੇ ਗੋਲੀ ਚੱਲੀ ਹੈ ਜਿਹਦੀ ਅਸੀਂ ਸੀਸੀਟੀਵੀ ਫੁਟਿੰਗ ਆਈ ਹੈ। ਇਹ ਹਾਲਾਤ ਇੱਥੇ ਬਣ ਗਏ ਔਰ ਇਹਦੇ ਵਿੱਚ ਮੈਨੂੰ ਸਾਫ ਸ਼ੱਕ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਸਾਨੂੰ ਕਰਾਉਣ ਵਾਸਤੇ ਖੇਡ ਹੈ ਤਾਂ ਕਿ ਇੱਥੇ ਦਬਕਾ ਪਵਾ ਦਓ, ਇੱਥੇ ਗੋਲੀਆਂ ਚਲਾ ਦਓ, ਬਹੁਤੇ ਬੰਦੇ ਵੋਟਾਂ ਨਾ ਪਾਉਣ ਜਾਣ ਜਾਂ ਡਰਕੇ ਘਰ ਬੈਠ ਜਾਣ ਜਾਂ ਡਰਕੇ ਉਸ ਪਾਰਟੀ ਨੂੰ ਪਾ ਦੇਣ ਜਿਹੜੀ ਕਹਿੰਦੀ ਜੀ ਅਸੀਂ ਤਾਂ ਬਹੁਤ ਸਾਰਾ ਕੁਝ ਠੀਕ ਕਰ ਦਾਂਗੇ। ਭਾਈ ਤੁਸੀਂ ਆ ਖੇਡਾਂ ਕਿਉਂ ਖੇਡਦੇ ਹੋ ਜਲੰਧਰ ਦੇ ਨਾਲ? ਜਲੰਧਰ ਕੋਈ ਇਸ ਤਰ੍ਹਾਂ ਡਰ ਜਾਣਾ? ਹੁਣ ਵੋਟਾਂ ਵਿੱਚ ਕਹਿੰਦੇ ਇਸ ਤਰ੍ਹਾਂ ਦੇ ਕੰਮ ਹੋਣ ਲੱਗ ਗਏ। ਇਸ ਲਈ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੇ ਪਟਾਕੇ ਪਟੂਕੇ ਚਲਾਉਂਦੇ ਕੋਈ ਡਰ ਦੀ ਲੋੜ ਨਹੀਂ ਕਰਦੇ। ਆਪਾਂ ਸਾਰੇ ਜਣੇ ਤਕੜੇ ਹਾਂ, ਜਲੰਧਰ ਤਕੜਾ ਔਰ ਮੈਂ ਤੁਹਾਡੇ ਦੇ ਮੂਹਰੇ ਖੜਾ। ਗੋਲੀ ਚੱਲੇਗੀ ਤਾਂ ਸਭ ਤੋਂ ਪਹਿਲਾਂ ਮੇਰੇ ਬੱਚੇ ਜੀ ਪਿੱਛੇ ਨਹੀਂ ਜਾਣਾ ਪੈਂਦਾ। ਤੁਸੀਂ ਇਹ ਸਮਝੋ ਕਿ ਤੁਸੀਂ MP ਮੰਨ ਰਹੇ ਹੋ। ਮੈਨੂੰ ਬਜ਼ੁਰਗਾਂ ਨੇ ਵੀ ਕਿਹਾ, ਇੱਥੋਂ ਵੀ ਕਿਹਾ ਕਿ ਜੀ ਉਹਦੇ ਸਾਰੇ ਤੁਹਾਡੇ ਹੀ ਆ। ਮੈਂ ਤਾਂ ਖਾਲੀ ਕਾਗਜ਼ ਪਰ ਸਾਈਨ ਕਰ ਦਿੰਦੀ ਹਾਂ ਜੋ ਮਰਜ਼ੀ ਲਿਖੀ ਜਾਓ। ਉਹ ਤੁਸੀਂ ਕਹੋਗੇ ਉਹ ਕਰਾਂਗਾ, ਤੁਸੀਂ ਮੇਰਾ ਪਰਿਵਾਰ ਹੋ। ਇਹ ਗੱਲ ਮੈਂ ਆਉਣ ਵਾਲੇ ਦਿਨੇ ਤੁਹਾਨੂੰ ਸਾਬਤ ਕਰਕੇ ਦਿਖਾਊਂਗਾ ਜਦੋਂ ਤੁਸੀਂ ਮੌਕਾ ਦਿਓਗੇ। ਕਿਸੇ ਗੱਲ 'ਤੇ ਤੁਹਾਡੀ ਦੇ ਪਿੱਛੇ ਨਹੀਂ ਹਟਦਾ, ਇਹ ਮੈਂ ਤੁਹਾਨੂੰ ਅੱਜ ਤੁਹਾਨੂੰ ਵਾਅਦਾ ਦੇ ਰਿਹਾ।